ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਭਾਖੜਾ ਡੈਮ ਤੋਂ ਪੰਜਾਬ ਸਮੇਤ ਹੋਰ ਸੂਬਿਆਂ ਨੂੰ ਲੋੜ ਅਨੁਸਾਰ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ ਜਿਸ ਤਹਿਤ ਸੂਬਿਆਂ ਦੀ ਮੰਗ ਅਨੁਸਾਰ ਡੈਮ ਤੋਂ ਪਾਣੀ ਛੱਡਿਆ ਜਾਂਦਾ ਹੈ। ਇਸ ਸਮੇਂ ਦੌਰਾਨ ਫਸਲਾਂ ਦੀ ਸਿੰਚਾਈ ਦੇ ਲਈ ਪਾਣੀ ਦੀ ਮੰਗ ਵੱਧ ਜਾਂਦੀ ਹੈ ਅਤੇ ਇਸੇ ਮੰਗ ਨੂੰ ਵੇਖਦਿਆਂ ਹੋਇਆਂ ਬੀਬੀਐਮਬੀ ਵੱਲੋਂ ਨੰਗਲ ਹਾਈਡਲ ਚੈਨਲ ਅਤੇ ਭਾਖੜਾ ਹਾਈਡਲ ਚੈਨਲ ਰਾਹੀਂ ਪਾਣੀ ਛੱਡਿਆ ਜਾ ਰਿਹਾ ਸੀ ਪਰ ਪਾਣੀ ਦੀ ਹੋਰ ਮੰਗ ਹੋਣ ਦੇ ਚੱਲਦਿਆਂ ਅੱਜ ਸਤਲੁਜ ਦਰਿਆ ਦੇ ਵਿੱਚ ਵੀ ਪਾਣੀ ਛੱਡਿਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੀਬੀਐਮਬੀ ਦੇ ਡਾਇਰੈਕਟਰ ਵਾਟਰ ਰੈਗੂਲੇਸ਼ਨ ਜੇਪੀ ਸਿੰਘ ਨੇ ਦੱਸਿਆ ਕਿ ਮੰਗ ਅਨੁਸਾਰ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਨਾਲ ਕਿਸੇ ਕਿਸਮ ਦਾ ਖਤਰਾ ਪੈਦਾ ਨਹੀਂ ਹੋਵੇਗਾ। ਉਹਨਾਂ ਦੱਸਿਆ ਕਿ ਲੋੜ ਅਨੁਸਾਰ ਪੜਾਅ ਦਰ ਪੜਾਅ ਪਾਣੀ ਨੂੰ ਛੱਡਿਆ ਜਾਵੇਗਾ। ਉਹਨਾਂ ਵੱਲੋਂ ਦਰਿਆ ਦੇ ਲਾਗੇ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਆਪਣੇ ਪਸ਼ੂਆਂ ਨੂੰ ਚਰਾਉਣ ਵਾਲੇ ਵਿਅਕਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਕੀ ਕਿਹਾ, ਆਓ ਸੁਣਦੇ ਹਾਂ। ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਇਸ ਤਰ੍ਹਾਂ ਮੈਂ ਜੇਪੀ ਸਿੰਘ, ਡਾਇਰੈਕਟਰ ਵਾਟਰ ਰੈਗੂਲੇਸ਼ਨ ਬੀਬੀਐਮਬੀ ਨੰਗਲ, ਅਤੇ ਜਿਹੜਾ ਭਾਖੜਾ ਅਤੇ ਪੋਂਗ ਅਤੇ ਜਿਹੜਾ ਪਾਣੀ ਦੀ ਡਿਸਟ੍ਰੀਬਿਊਸ਼ਨ ਹੈ ਉਹ ਏਡ ਰੈਗੂਲੇਸ਼ਨ ਡਾਇਰੈਕਟੋਰੇਟ ਜਿਹੜਾ ਬੀਬੀਐਮਬੀ ਦਾ ਉਹੀ ਦੇਖਦਾ ਹੈ। ਤੋ ਅੱਜ ਜਿਹੜਾ ਲੈਵਲ ਹੈਗਾ ਭਾਖੜੇ ਦਾ ਉਹ ਹੈਗਾ 1580.26। ਤੋ ਇਨਫਲੋ ਕੋਈ ਜ਼ਿਆਦਾ ਨਹੀਂ ਹੈਗੇ, ਕਾਫੀ ਸਬਡਿਊਡ ਜਾਂ ਕਾਫੀ ਘੱਟ ਨੇ। ਤੋ ਲੇਕਿਨ ਇਹ ਹੈਗਾ ਕਿ ਜਿਹੜਾ ਸਾਡੀ ਲਾਸਟ ਟੈਕਨੀਕਲ ਕਮੇਟੀ ਦੀ ਮੀਟਿੰਗ ਹੋਈ ਸੀਗੀ ਜੂਨ ਦੇ ਲਈ, ਜਿੱਦਾਂ ਤੁਹਾਨੂੰ ਪਤਾ ਹੀ ਹੈ ਵੀ ਹਰ ਮਹੀਨੇ ਇੱਕ ਟੈਕਨੀਕਲ ਕਮੇਟੀ ਦੀ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਡਿਸੀਜ਼ਨ ਲਿਆ ਜਾਂਦਾ ਹੈ ਕਿ ਸਟੇਟਾਂ ਨੂੰ ਕਿੰਨਾ ਕਿੰਨਾ ਪਾਣੀ ਦੇਣਾ ਹੈ। ਤਾਂ ਉਹਦੇ ਅਕੋਰਡਿੰਗਲੀ ਜਿਹੜੀ ਪੰਜਾਬ ਦੀ ਡਿਮਾਂਡ ਰੋਪੜ 'ਤੇ ਹੈ, ਜਿੱਦਾਂ ਤੁਹਾਨੂੰ ਪਤਾ ਹੀ ਹੈ ਰੋਪੜ ਇਹਨਾਂ ਦੀਆਂ ਦੋ ਨਹਿਰਾਂ ਹੈਗੀਆਂ ਨੇ, ਸਰਹੰਦ ਕਨਾਲ ਅਤੇ ਬਿਸ ਦੁਆਬ। ਤਾਂ ਉਹਦੇ ਵਿੱਚ ਇਹਨਾਂ ਦਾ ਇੰਟੈਂਟ ਜਿਹੜਾ ਹੈਗਾ ਹੈ ਉਹਨੂੰ ਮੀਟ ਵਿਦ ਕਰਨ ਲਈ ਪਹਿਲਾਂ ਤਾਂ ਅਸੀਂ ਕੀ ਕਰਦੇ ਹਾਂ, ਨੰਗਲ ਹਾਈਡਲ ਚੈਨਲ ਪੂਰੀ ਕਰ ਦਿੰਦੇ ਹਾਂ। ਹੁਣ ਤੁਹਾਨੂੰ ਪਤਾ ਕਿਉਂਕਿ ਗਰਮੀ ਕਰਕੇ ਅਤੇ ਤੁਹਾਡਾ ਖਰੀਫ ਦੀ ਕਰੋਪ ਲੱਗਣੀ ਸ਼ੁਰੂ ਹੋਣੀ ਹੈ ਅਤੇ ਉਹਦੇ ਕਰਕੇ ਪਾਣੀ ਦੀ ਜ਼ਰੂਰਤ ਹਰਿਆਣੇ ਨੂੰ ਵੀ ਹੈ, ਰਾਜਸਥਾਨ ਨੂੰ ਵੀ ਹੈ। ਤਾਂ ਪਹਿਲਾਂ ਤਾਂ ਅਸੀਂ ਨੰਗਲ ਹਾਈਡਲ ਚੈਨਲ ਨੂੰ ਪੂਰਾ ਕਰ ਦਿੰਦੇ ਹਾਂ ਕਿਉਂਕਿ ਉਹਦੀ ਪ੍ਰੈਫਰੈਂਸ ਰਹਿੰਦੀ ਹੈ। ਉਸ ਤੋਂ ਬਾਅਦ ਅਸੀਂ ਜਿਹੜੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਹੈ ਉਹਨੂੰ ਵੀ ਉਹਦੇ ਵਿੱਚ ਹੌਲੀ ਹੌਲੀ ਪਾਣੀ ਛੱਡਦੇ ਜਾਂਦੇ ਹਾਂ ਜਿੱਦਾਂ ਜਿੱਦਾਂ ਪੰਜਾਬ ਦੀ ਡਿਮਾਂਡ ਵੱਧਦੀ ਜਾਂਦੀ ਹੈ। ਪਰ ਹੁਣ ਕੀ ਹੈ ਕਿ ਕਿਉਂਕਿ ਉਹ ਡਿਮਾਂਡ ਜਿਹੜੀ ਹੈ ਉਹਦੇ ਨਾਲ ਵੀ ਮੀਟ ਵਿਦ ਨਹੀਂ ਹੋ ਰਹੀ, ਤਾਂ ਇਸ ਕਰਕੇ ਕੀ ਹੈ ਕਿ ਅਸੀਂ ਉਹਨੂੰ ਕੱਲ੍ਹ ਤਾਂ ਉਹ ਨਹਿਰ ਪੂਰੀ ਹੋ ਗਈ ਸੀ, ਉਹ ਨਹਿਰ ਪੂਰੀ ਕਰਨ ਤੋਂ ਬਾਅਦ ਅਸੀਂ ਫਿਰ ਦੇਖਿਆ ਵੀ ਹੁਣ ਇਹ ਪੋਸੀਬਿਲਟੀ ਨਹੀਂ ਬਣਦੀ ਪਈ ਕਿ ਅਸੀਂ ਇਸ ਨਹਿਰ ਦੇ ਥਰੂ ਹੀ ਇਹਨਾਂ ਦੀ ਜਿਹੜੀ ਰੋਪੜ ਦੀ ਡਿਮਾਂਡ ਪੂਰੀ ਕਰੀਏ। ਤਾਂ ਫਿਰ ਜਿੱਦਾਂ ਅਸੀਂ ਫਿਰ ਉਹ ਦੇਖਿਆ ਕਿ ਸਾਨੂੰ ਪਾਣੀ ਥੱਲੇ ਛੱਡਣਾ ਪੈਣਾ, ਉਸ ਹਿਸਾਬ ਨਾਲ ਅਸੀਂ ਇੱਕ 24 hours ਦੀ ਵਾਰਨਿੰਗ ਜ਼ਰੂਰ ਦਿੰਦੇ ਹਾਂ। ਉਹ ਕੱਲ੍ਹ ਵਾਰਨਿੰਗ ਅਸੀਂ ਇਸ਼ੂ ਕੀਤੀ ਸੀ। ਇਹਨੂੰ ਤੁਸੀਂ ਇਹ ਨਾ ਸਮਝੋ ਕਿ ਇਹਦੇ ਵਿੱਚ ਅਸੀਂ ਕੋਈ ਫਲੱਡ ਦਾ ਪਾਣੀ ਹੈ ਜਾਂ ਕੋਈ ਬਹੁਤ ਪਿੱਛੇ ਪਾਣੀ ਆ ਗਿਆ ਜਾਂ ਸਾਨੂੰ ਅਸੀਂ ਭਾਖੜੇ ਦੇ ਗੇਟ ਖੋਲ ਰਹੇ ਹਾਂ, ਇੱਦਾਂ ਦਾ ਕੁਛ ਨਹੀਂ ਹੈ। ਇਹ ਸਿਰਫ ਕੀ ਹੈ ਕਿ ਜਿਹੜਾ ਉਹਨਾਂ ਦਾ ਇੰਡੈਂਟ ਜਿਹੜਾ 11,000 ਦਾ ਜਾਂ 11,500 ਦਾ ਸਰਹੰਦ ਕਨਾਲ ਦਾ ਹੈ ਉਹਦੇ ਜਿਹੜੀ ਥੋੜ੍ਹੀ ਜਿਹੀ ਸ਼ੋਰਟੇਜ ਆ ਰਹੀ ਹੈ 1100, 1500, 2000, ਉਹਨਾਂ ਕੁ ਪਾਣੀ ਸਾਨੂੰ ਫਿਰ ਇੱਥੋਂ ਦੀ ਡਾਊਨ ਸਟ੍ਰੀਮ ਨੰਗਲ ਛੱਡਣਾ ਪੈਣਾ। ਤਾਂ ਮੈਂ ਇੱਕ ਵਾਰੀ ਫਿਰ ਇਸ ਗੱਲ 'ਤੇ ਸਟ੍ਰੈਸ ਕਰਾਂਗਾ ਕਿ ਇਹ ਕੋਈ ਫਲੱਡ ਦਾ ਪਾਣੀ ਨਹੀਂ ਹੈ, ਮੇਰੀ ਸਬਮਿਸ਼ਨ ਹੈ। ਤੁਸੀਂ ਇਸ ਮੈਸੇਜ ਨੂੰ, ਵੈਸੇ ਤਾਂ ਅਸੀਂ ਕੱਲ੍ਹ ਮੈਸੇਜ ਦੇ ਵੀ ਦਿੱਤਾ ਸੀ ਪਰ ਤੁਹਾਡੇ ਥਰੂ ਤੁਹਾਡੇ ਸਾਰੇ ਜਰਨਲਿਸਟ ਜਾਂ ਜਿਹੜੇ ਸਾਡੇ ਉਹ ਹੈਗੇ ਨੇ ਦੋਸਤ ਹੈਗੇ ਨੇ ਮੀਡੀਆ ਦੇ ਦੋਸਤ ਹੈਗੇ ਨੇ, ਉਹਨਾਂ ਨੂੰ ਰਿਕੁਐਸਟ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਇਹਨੂੰ ਸਾਰੇ ਲੋਕਾਂ 'ਚ ਪਹੁੰਚਾਇਆ ਜਾਵੇ ਵੀ ਇਹਦੇ ਇੱਦਾਂ ਦਾ ਕੁਛ ਨਹੀਂ ਹੈ, ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਸਿਰਫ ਉਹਨਾਂ ਦੀ ਜਿਹੜੀ ਡਿਮਾਂਡ ਨੂੰ ਮੀਟ ਵਿਦ ਕਰਨ ਲਈ ਅਸੀਂ ਇਹ ਥੋੜ੍ਹਾ ਜਿਹਾ ਪਾਣੀ ਡਾਊਨ ਸਟ੍ਰੀਮ ਛੱਡਣਾ ਹੈ ਕਿਉਂਕਿ ਨਹਿਰਾਂ ਸਾਡੀਆਂ ਪੂਰੀਆਂ। ਤਾਂ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਬਰਾਉਣ ਦੀ ਕੋਈ ਗੱਲ ਨਹੀਂ ਹੈ, ਕੋਈ ਇੱਦਾਂ ਦੀ ਹਾਲੇ ਸਿਚੁਏਸ਼ਨ ਨਹੀਂ ਹੈ। ਅਤੇ ਜਿੱਦਾਂ ਤੁਹਾਨੂੰ ਪਤਾ ਵੀ ਮੌਨਸੂਨ ਵਾਲਾ ਪਾਰਟ ਤਾਂ ਹਾਲੇ ਸ਼ੁਰੂ ਹੋਣਾ ਹੈ ਸਾਡਾ। ਇਨਫਲੋ, ਹਾਂਜੀ ਹਾਂਜੀ, ਇਨਫਲੋ ਕਾਫੀ ਜ਼ਿਆਦਾ ਹੁੰਦੇ ਨੇ। ਤੋ ਇੱਕ ਦੋ ਥੋੜ੍ਹਾ ਜਿਹਾ ਜਿਹੜੀਆਂ ਵੈਸਟਰਨ ਡਿਸਟਰਬੈਂਸ ਹੈ, ਹੁਣ ਤੁਸੀਂ ਜਿੱਦਾਂ ਦੇਖਦੇ ਹੋ 3-4 ਦਿਨ ਗਰਮੀ ਪਈ, ਅਚਾਨਕ ਹੀ ਕਲਾਊਡੀ ਹੋ ਗਿਆ, ਬੱਦਲ ਹੋ ਗਏ, ਜਿਹਦੇ ਨਾਲ ਥੋੜ੍ਹਾ ਮੌਸਮ ਦੇ ਵਿੱਚ ਕੂਲਿੰਗ ਆ ਗਈ। ਉਹਦੇ ਨਾਲ ਕੀ ਹੈ, ਜਿਹੜੀ ਸਨੋ ਮੈਲਟ ਪਿੱਛੋਂ ਆਉਂਦੀ ਹੈ ਉਹ ਦੱਬ ਜਾਂਦੀ ਹੈ, ਅਤੇ ਜਿੰਨਾ ਟੈਂਪਰੇਚਰ ਜ਼ਿਆਦਾ ਰਹੇਗਾ ਸਨੋ ਮੈਲਟ ਜ਼ਿਆਦਾ ਆਏਗੀ। ਉਹ ਕੀ ਹੈ, ਤੁਸੀਂ ਦੇਖਦੇ ਹੋਣੇ ਆ ਵੀ ਜਿਹੜਾ ਆਪਣਾ ਮਈ ਜੂਨ ਹੈ ਉਹ ਸਾਡਾ ਇੱਦਾਂ ਹੀ ਨਿਕਲ ਗਿਆ। ਉਹਦੇ ਵਿੱਚ ਕੀ ਹੈ, 4 ਕੁ ਦਿਨ ਗਰਮੀ ਪੈਂਦੀ ਹੈ, ਉਸ ਤੋਂ ਬਾਅਦ ਇੱਕਦਮ ਫਿਰ ਠੰਡਾ ਹੋ ਜਾਂਦਾ, ਉਹਦਾ ਇੰਪੈਕਟ ਫਿਰ ਉੱਥੇ ਸਨੋ ਮੈਲਟ 'ਤੇ ਪੈਂਦਾ, ਜਿਹਦੇ ਕਰਕੇ ਇਨਫਲੋ ਜਿਹੜੇ ਆ ਥੋੜ੍ਹੇ ਦੱਬ ਜਾਂਦੇ ਆ। ਤਾਂ ਇਹ ਰੀਜ਼ਨ ਦਰਿਆ ਦੇ ਕੰਢੇ 'ਤੇ ਲੋਕਾਂ ਨੂੰ ਇਹੀ ਰਿਕੁਐਸਟ ਹੈ ਕਿ ਜਿਹੜਾ ਅਸੀਂ ਕੱਲ੍ਹ ਮੈਸੇਜ ਦਿੱਤਾ ਉਹਦੇ ਹਿਸਾਬ ਨਾਲ ਆਪਣੇ ਜਿਹੜੇ ਜੋ ਵੀ ਜਿਹੜਾ ਉਹਨਾਂ ਦਾ ਮੂਵਮੈਂਟ ਹੈ ਜਾਂ ਜਿਹਨੂੰ ਕਹਿ ਲਓ ਆਪਾਂ ਇਹਨਾਂ ਦੀ ਡੰਗਰਾਂ ਦੀ ਮੂਵਮੈਂਟ ਹੈ, ਆਪਣੀਆਂ ਮੱਝਾਂ ਗਾਵਾਂ ਹੋ ਗਈਆਂ, ਹੋਰ ਹੋ ਗਿਆ, ਉਹਦਾ ਸਾਰਾ ਧਿਆਨ ਰੱਖਣ। ਅਤੇ ਵੈਸੇ ਤਾਂ ਸਾਡੀ ਕੋਸ਼ਿਸ਼ ਹੈ, ਮੈਂ ਹੁਣ ਵੀ ਦੇਖ ਰਿਹਾ ਕਿ ਮੈਂ ਇਹਨੂੰ ਜਿਹੜਾ ਵਧਾਉਣਾ ਹੈ ਉਹ ਸਟੈਪ 'ਚ ਕਰਾਂਗਾ। ਸਟੈਪ 'ਚ ਵਧਾਏਗੀ ਬੀਬੀਐਮਬੀ, ਬੀਬੀਐਮਬੀ ਇੱਦਾਂ ਕੁਛ ਨਹੀਂ ਕਰੇਗੀ ਇੱਕੋ ਵਾਰ 'ਚ 2000 ਛੱਡਤਾ 4, ਇੱਦਾਂ ਕੁਛ ਨਹੀਂ ਹੋਣਾ। ਆਪਾਂ ਹੌਲੀ ਹੌਲੀ ਸਟੈਪ 'ਚ ਕਰਾਂਗੇ,
स्टैप च करांगे ते उहदे च नाल थोड़े सारे जिहड़े मेरे जर्नलिस्ट फ्रेंड्स ने उहनां नाल वी असीं राबता रखांगे ते सानूं तां कि पता लग जाए भी नीचे कुछ इदां दी गल तां नहीं हो रही। असीं सिविल ते ड्रेनेज अथॉरिटीज जिहड़ियां पंजाब दी उहनां नाल वी इन टच रहांगे ते मेरा फोन हमेशा ऑन है, कोई भी मैनूं कॉल कर सकदा है ते जे सानूं लगदा होया कोई भी इदां दा खतरा असीं उत्थे ही स्टॉप कर दांगे पाणी नूं ते फिर उह आपां पंजाब अथॉरिटीज नाल टेकअप कर लांगे भी उहनूं इहनां नूं रिजॉल्व करके, क्योंकि अल्टीमेटली BBMB दा फंक्शन यही है कि क्योंकि हुण तुहानूं पता एकदम डिमांड ज़्यादा है तो असी जिहड़ी सोइंग जां बजाई है वह भी ठीक ठाक हो जाए पर जिहड़े लोकल लोग ने उन्हां नूं भी कोई प्रॉब्लम ना आवे ते दोनों चीज़ां नूं असी नाल लैके चलना है ते उहदे विच तुहाडी सारयां दी हैल्प दी मैनूं जरूरत है। ठीक है।